ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀ ਐਸ ਸੈਮੈਸਟਰ 1 ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਸਬਜੈਕਟ ਹੈਗਾ ਇੰਗਲਿਸ਼ ਲਿਟਰੇਚਰ ਠੀਕ ਹੈ ਇੰਗਲਿਸ਼ ਲਿਟਰੇਚਰ ਇੰਗਲਿਸ਼ ਇਲੈਕਟਿਵ ਦਾ ਆਪਾਂ ਸੈਮੈਸਟਰ 1 ਦਾ ਜਿਹੜਾ ਕਿ ਸਿਲੇਬਸ ਤੇ ਨਿਊ ਪੇਪਰ ਪੈਟਰਨ ਤੁਹਾਡੇ ਨਾਲ ਡਿਸਕਸ ਕਰ ਰਿਹਾ ਸਟੂਡੈਂਟਸ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰ ਸਬਜੈਕਟ ਦਾ ਜਿਹੜਾ ਕਿ ਪੇਪਰ ਪੈਟਰਨ ਸਟਾਈਲ ਸਟਾਈਲ ਆ ਜਿਹੜਾ ਕਿ ਪੇਪਰ ਦਾ ਚੇਂਜ ਹੋ ਚੁੱਕਿਆ ਸੋ ਪੈਸ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਠੀਕ ਹੈ ਤੇ ਨਾਲ ਦੀ ਨਾਲ ਆ ਜਿਹੜੇ ਕਿ ਆਪਾਂ ਇਹ ਵੀਡੀਓ ਜਿਹੜੇ ਕਿ ਰੈਗੂਲਰ ਤੇ ਪ੍ਰਾਈਵੇਟ ਦੋਨੋਂ ਸਟੂਡੈਂਟਸ ਦੇ ਲਈ ਵੀ ਹੋਊਗੀ ਠੀਕ ਹੈ ਪਹਿਲਾਂ ਆਪਾਂ ਰੈਗੂਲਰ ਦਾ ਦੇਖਾਂਗੇ ਪੇਪਰ ਦਾ ਪੈਟਰਨ ਫਿਰ ਆਪਾਂ ਜਿਹੜੇ ਕਿ ਪ੍ਰਾਈਵੇਟ ਸਟੂਡੈਂਟਸ ਦਾ ਪੇਪਰ ਦਾ ਪੈਟਰਨ ਦੇਖਾਂਗੇ ਹਾਂਜੀ ਰੈਗੂਲਰ ਵਾਲੇ ਸਟੂਡੈਂਟਸ ਦਾ ਜਿਹੜੇ ਕਿ ਪੇਪਰ ਇਹ ਤੁਹਾਡਾ ਜਿਹੜੇ ਕਿ 70 ਮਾਰਕਸ ਦਾ ਹੋ ਗਿਆ ਠੀਕ ਹੈ 70 ਮਾਰਕਸ ਦਾ ਤੁਹਾਡਾ ਰਿਟਰਨ ਐਗਜ਼ਾਮ ਹੋਗਾ ਰੈਗੂਲਰ ਵਾਲੇ ਸਟੂਡੈਂਟਸ ਦਾ 70 ਦੇ ਵਿੱਚੋਂ ਪਾਸਿੰਗ ਮਾਰਕਸ ਤੁਹਾਡੇ ਹੈਗੇ ਨੇ 25 ਤੇ ਜਿਹੜੇ ਰੈਗੂਲਰ ਤਾਂ 70 ਦੇ ਵਿੱਚੋਂ 25 ਲੈ ਕੇ ਪਾਸ ਹੋ ਜਾਣਗੇ ਤੇ ਜਿਹੜੇ ਪ੍ਰਾਈਵੇਟ ਵਾਲੇ ਸਟੂਡੈਂਟਸ ਨੇ ਉਹਨਾਂ ਨੂੰ 100 ਦੇ ਵਿੱਚੋਂ 35 ਮਾਰਕਸ ਲੈਣੇ ਪੈਣਗੇ ਪਾਸਿੰਗ ਮਾਰਕਸ ਠੀਕ ਹੈ ਹਾਂਜੀ ਇਸ ਦੇ ਵਿੱਚ ਤੁਹਾਡਾ ਸਿਲੇਬਸ ਜਿਹੜਾ ਕੀ ਹੈਗਾ ਸਿਲੇਬਸ ਸਟੂਡੈਂਟਸ ਤੁਹਾਡਾ ਹਾਂਜੀ ਤੁਹਾਡਾ ਜਿਹੜਾ ਕੁਐਸਚਨ ਪੇਪਰ ਹੋਊਗਾ ਉਹਦੇ ਤਿੰਨ ਪਾਰਟ ਹੋਣਗੇ ਰੈਗੂਲਰ ਸਟੂਡੈਂਟਸ ਦੇ ਲਈ ਪਾਰਟ ਯੂਨਿਟ 1 ਯੂਨਿਟ 2 ਯੂਨਿਟ 3 ਯੂਨਿਟ 1 ਆ ਜਿਹੜਾ ਕਿ 24 ਮਾਰਕਸ ਦਾ ਹੋਊਗਾ ਯੂਨਿਟ 2 ਵੀ 24 ਮਾਰਕਸ ਦਾ ਹੋਊਗਾ ਯੂਨਿਟ 3 ਆ ਜਿਹਦੇ ਵਿੱਚ ਸ਼ਾਰਟ ਕੁਐਸਚਨ ਹੋਊਗਾ 22 ਮਾਰਕਸ ਦਾ ਠੀਕ ਹੈ ਮੀਨਸ ਸ਼ਾਰਟ ਕੁਐਸਚਨ ਤੁਹਾਨੂੰ 11 ਆਉਣਗੇ 2-2 ਮਾਰਕਸ ਦੇ 22 ਮਾਰਕਸ ਤੋਂ ਕਿਹੜੇ ਦੇ ਵਿੱਚੋਂ ਕਿੰਨੇ ਆਉਣੇ ਨੇ ਆਪਾਂ ਦੇਖਦੇ ਆਂ ਤੇ ਤੁਹਾਡਾ ਸਿਲੇਬਸ ਤੁਸੀਂ ਦੇਖ ਸਕਦੇ ਹੋ ਤੁਹਾਡਾ ਸਿਲੇਬਸ ਹੈ ਠੀਕ ਹੈ ਕੋਰਸ ਕੰਟੈਂਟ ਵਾਟ ਇਜ਼ ਦ ਲਿਟਰੇਚਰ ਵਰੀਅਸ ਠੀਕ ਹੈ ਇਹਦੇ ਵਿੱਚ ਨੈਰੋਸ ਆਵਲ ਲਿਟਰੇਚਰ ਲਿਟਰੇਚਰ ਐਂਡ ਸੋਸਾਇਟੀ ਲਿਟਰੇਚਰ ਇਨ ਟੂਡੇਜ਼ ਵਰਲਡ ਠੀਕ ਹੈ ਤੇ টারਮਸ ਹੈਗੇ ਨੇ ਪ੍ਰੋਜ਼ ਟਾਈਪਸ ਆਫ ਪ੍ਰੋਜ਼ ਠੀਕ ਹੈ ਅਗੇ ਪ੍ਰੋਜ਼ ਦੇ ਟਾਈਪਸ ਨੇ ਅਗੇ ਸਾਰੇ ਜਿਹੜੇ ਕਿ টারਮਸ ਨੇ টারਮਸ ਹੈਗੇ ਨੇ ਤੁਹਾਨੂੰ 15 15 টারਮਸ ਨੇ ਠੀਕ ਹੈ ਇਹ ਵਾਲੇ ਸਾਰੀਆਂ ਪ੍ਰੋਜ਼ ਦੀਆਂ 15 টারਮਸ ਇਹ ਤੁਹਾਡੇ ਸਿਲੇਬਸ ਦੇ ਵਿੱਚ ਨੇ ਤੇ ਉਸ ਤੋਂ ਬਾਅਦ ਲੈਂਗੁਏਜ ਆਈਟਮਸ ਜਿਹੜੀਆਂ ਕਿ ਹੈਗੇ ਨੇ ਡਿਫਾਈਨ ਕਰਨੇ ਨੇ ਵੋਵਲਸ ਕੰਸੋਨੈਂਟ ਠੀਕ ਹੈ ਇਹ ਵਾਲੇ ਤੇ ਉਹ ਲਿਸਟ ਕਰ ਰਹੇ ਨੇ ਵਾਵਲਸ ਕੌਨਸੋਨੈਂਟ ਠੀਕ ਹੈ ਇਹ ਬੋਲੇ ਟੋਪਿਕ ਜਿਵੇਂ ਕਿ ਸਟੂਡੈਂਟਸ ਇਹ ਟਰਮ ਹੈਗੇ ਨੇ 15 15 ਦੇ ਵਿੱਚੋਂ ਤੁਸੀਂ ਜਿਹੜੇ ਕਿ ਟਰਮਸ ਫਰਸਟ 8 ਕਰ ਸਕਦੇ ਤੁਸੀਂ ਠੀਕ ਹੈ ਫਰਸਟ 8 ਕਰ ਲਓ ਜਾਂ ਲਾਸਟ ਵਾਲੀਆਂ 8 ਕਰ ਲਓ ਠੀਕ ਹੈਵੇਂ ਕਰ ਸਕਦੇ ਹੋ ਤੇ ਦੈਨ ਉਸ ਤੋਂ ਬਾਅਦ ਤੁਹਾਡਾ ਹੈਗੇ ਨੇ ਪੇਪਰ ਦਾ ਪੈਟਰਨ ਹਾਂਜੀ ਪੇਪਰ ਦੇ ਪੈਟਰਨ ਦੇ ਵਿੱਚ ਯੂਨਿਟ ਫਰਸਟ ਦੇ ਵਿੱਚ ਤੁਹਾਨੂੰ ਕੀ 4 semi critical questions relating to summary ठीक uh, है मेन आइडियाज ओवरऑल अंडरस्टैंडिंग फ्रॉम अ सिलेक्शन ऑफ इंग्लिश प्रोस ਇਹਦੇ ਵਿੱਚੋਂ ਆਉਣਗੇ ਤੇ ਤੁਸੀਂ ਕੋਈ 2 ਕਰਨੇ ਹੋਣਗੇ ठीक है मैं ਤੁਹਾਨੂੰ ਨਾਲ ਦੀ ਨਾਲ ਤੁਹਾਡਾ ਜਿਹੜਾ ਕੀ ਲਾਈਕ दिस ਜਿਵੇਂ ਜਿਹੜਾ ਕੀ प्रीवियस ईयर जनवरी 2023 ਦੇ ਵਿੱਚ ਹੋਇਆ ਹੋਇਆ ਇਹ एग्जाम ਆ ਦੇਖੋ ਇਹਦੇ ਵਿੱਚ ਜਿਵੇਂ ਇਹ ਕੁਸ਼ਨ ਪੁੱਛੇ ਹੋਏ ਨੇ ਠੀਕ ਹੈ ਇਹਨਾਂ ਦੇ ਵਿੱਚੋਂ ਤੁਸੀਂ ਕਿਸੇ ਦੋ ਦਾ ਅਨਸਰ ਕਰਨਾ ਹੋਗਾ ਤੇ ਹਰ ਕੁਸ਼ਨ ਕਿੰਨੇ ਮਾਰਕਸ ਦਾ ਹੋਊਗਾ 6 ਮਾਰਕਸ ਦਾ ਠੀਕ ਹੈ ਯੂ ਕੈਨ ਅਟੈਂਪਟ ਐਨੀ 3 ਦੈਨ ਉਸ ਤੋਂ ਬਾਅਦ ਤੁਹਾਨੂੰ 2 ਐਸੇ ਟਾਈਪ ਕੁਐਸਚਨ ਆਉਣਗੇ ਠੀਕ ਹੈ 2 ਐਸੇ ਟਾਈਪ ਕੁਐਸਚਨ ਆਉਣਗੇ ਜਿਨ੍ਹਾਂ ਦੇ ਵਿੱਚ ਇੰਟਰਨਲ ਚੁਆਇਸ ਹੋਗੀ 2 ਐਸੇ ਟਾਈਪ ਕੁਐਸਚਨਸ ਵਿਦ ਦਾ ਇੰਟਰਨਲ ਚੁਆਇਸ ਰਿਲੇਟਡ ਟੂ ਦਾ ਥਿਓਰੈਟੀਕਲ ਕਨਸੈਪਟ ਥਿਓਰੈਟੀਕਲ ਕਨਸੈਪਟ ਦੇ ਵਿੱਚੋਂ ਤੇ ਇਸ਼ੂਸ ਆਫ ਲਿਟਰੇਚਰ ਮੈਂਸ਼ਨ ਅਬਵ ਠੀਕ ਹੈ ਇਹਦੇ ਵਿੱਚੋਂ ਤੁਹਾਨੂੰ ਆਉਣਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਕੋਈ 1 ਅਟੈਂਪਟ ਕਰਨਾ ਹੋਗਾ 2 ਆਉਣਗੇ ਯੂ ਕੈਨ ਅਟੈਂਪਟ ਐਨੀ 1 ਤੇ ਇਹ ਕੁਐਸਚਨ 12 ਮਾਰਕਸ ਦਾ ਹੋਗਾ ਦੈਨ ਉਸ ਤੋਂ ਬਾਅਦ ਜਿਹੜੇ ਕਿ ਤੁਹਾਨੂੰ ਯੂਨਿਟ ਸੈਕਿੰਡ ਦੇ ਵਿੱਚ ਯੂਨਿਟ 2 ਦੇ ਵਿੱਚ this question will ਇਹਦੇ ਵਿੱਚ ਇੰਪੋਰਟੈਂਟ ਲਿਟਰੇਰੀ টারਮਸ ਹੋਣਗੀਆਂ 6th টারਮਸ ਹੋਣਗੇ 6 ਦੇ ਵਿੱਚੋਂ ਯੂ ਕੈਨ ਅਟੈਂਪਟ ਐਨੀ ਜਿਹੜੇ ਕਿ 4 6 টারਮਸ ਹੋਣਗੇ 6 টারਮਸ ਦੇ ਵਿੱਚੋਂ ਤੁਸੀਂ ਕੋਈ ਸੇ 4 ਬਾਰੇ ਜਿਹੜੇ ਕਿ ਐਕਸਪਲੇਨ ਕਰਨਾ ਹੋਊਗਾ ਤੇ ਹਰ ਇਹ ਟਰਮ ਜਿਹੜੀ ਕਿ ਤੁਸੀਂ ਵਨ ਡਿਫਾਈਨ ਕਰੋਗੇ ਉਹ 3 ਮਾਰਕਸ ਦੀ ਹੋਊਗੀ ਠੀਕ ਹੈ ਤਾਂ ਟੋਟਲ ਇਹ ਪਾਰਟ ਹੈ ਜਿਹੜੇ ਕਿ 12 ਮਾਰਕਸ ਦਾ ਹੋਗਾ টারਮਸ ਵਾਲਾ ਦੈਨ ਉਸ ਤੋਂ ਬਾਅਦ ਕੁਐਸਚਨ ਹੋਣਗੇ ਜਿਦੇ ਵਿੱਚ 2 ਪਾਰਟ ਹੋਣਗੇ ਕੁਐਸਚਨ ਦੇ ਇਸ ਕੁਐਸਚਨ ਵਿਲ ਹੈਵ 2 ਪਾਰਟਸ ਇਹਦੇ ਦੋ ਪਾਰਟ ਹੋਣਗੇ ਕੁਐਸਚਨ ਦੇ A ਔਰ B ਪਾਰਟ ਠੀਕ ਹੈ ਜਿਦੇ ਵਿੱਚ ਡਿਫਾਈਨਿੰਗ ਔਰ ਲਿਸਟਿੰਗ ਕਰਨਾ ਆਊਗਾ ਲੈਂਗੁਏਜ ਆਈਟਮਸ 6 ਮਾਰਕਸ ਦੇ ਦੈਨ ਉਸ ਤੋਂ ਬਾਅਦ ਫੋਨੋਟਿਕ ਉਹਦੇ ਜਿਹੜੇ ਕੀ ਆਊਗਾ ਇਹ ਵੀ 6 ਮਾਰਕਸ ਦਾ ਠੀਕ ਹੈ ਤਾਂ ਇਹ ਵੀ 12 ਮਾਰਕਸ ਦਾ ਹੋ ਬਣ ਗਿਆ ਕੁਐਸਚਨ ਮਤਲਬ ਕਿ ਕੁਐਸਚਨ 2 ਪਾਰਟ ਦੇ ਵਿੱਚ ਡਿਵਾਈਡ ਹੋ ਕੇ ਆ ਗਿਆ ਫਿਰ ਤੁਹਾਨੂੰ ਆਉਣਗੇ ਸ਼ਾਰਟ ਕੁਐਸਚਨ ਸ਼ਾਰਟ ਕੁਐਸਚਨ ਆਉਣਗੇ ਜਿਹੜੇ ਜਿਹੜੇ ਕੀ 11 11 ਇਹ ਕਿਹਦੇ ਕਿਹਦੇ ਵਿੱਚ ਆਉਣਗੇ ਤਾਂ ਇਹਨਾਂ ਦੇ ਵਿੱਚੋਂ ਇਹ 4 ਕੁਐਸਚਨ ਜਿਹੜੇ ਕਿ ਆਉਣਗੇ ਸੈਟ ਫਰੋਮ ਦਾ ਲੈਂਗੁਏਜ ਆਈਟਮ ਦੇ ਵਿੱਚੋਂ ਆਉਣਗੇ ਠੀਕ ਹੈ ਜਿਹਦੇ ਵਿੱਚ ਟ੍ਰਾਂਸਕ੍ਰਿਪਸ਼ਨਸ ਐਂਡ ਮਿਨੀ ਅ ਮਿਨੀਮਲ ਪੇਅਰਸ ਠੀਕ ਹੈ ਦੈਨ ਉਸ ਤੋਂ ਬਾਅਦ 4 ਕੁਐਸਚਨਸ ਆਉਣਗੇ ਤੁਹਾਨੂੰ ਲਿਟਰੇਰੀ ਟਰਮ ਦੇ ਵਿੱਚੋਂ ਠੀਕ ਆ ਦੈਨ 3 ਕੁਐਸਚਨਸ ਆਉਣਗੇ ਤੁਹਾਨੂੰ ਫਰੋਮ ਦਾ ਟੈਕਸਟ ਜਿਹੜਾ ਉਹ ਸਿਲੈਕਸ਼ਨ ਆਫ ਇੰਗਲਿਸ਼ ਪ੍ਰੋਸ ਇਹਦੇ ਵਿੱਚੋਂ ਆਉਣਗੇ ਠੀਕ ਹੈ ਇਹ ਤੁਹਾਨੂੰ ਇਹ ਕੁਐਸਚਨ ਆਉਣਗੇ 11 ਠੀਕ ਹੈ ਤੇ ਇਹਨਾਂ ਤੁਸੀਂ ਆਨਸਰ 25 ਤੋਂ 30 ਵਰਡਸ ਦੇ ਵਿੱਚ ਕਰਨਾ ਹੋਊਗਾ 2 2 ਮਾਰਕਸ ਤੇ ਹੁਣ ਆਪਾਂ ਪ੍ਰਾਈਵੇਟ ਵਾਲਾ ਦੇਖਦੇ ਹਾਂ ਹਾਂਜੀ ਸਿਲੇਬਸ ਤੁਹਾਡਾ ਜਿਹੜਾ ਕਿ ਸੇਮ ਰਹੂਗਾ ਤਾਂ ਇਹਨਾਂ ਦੇ ਵਿੱਚੋਂ ਸਿਲੇਬਸ ਤੋਂ ਬਾਅਦ ਆਪਾਂ ਨੇ ਤੁਹਾਡਾ ਜਿਹੜਾ ਕਿ ਪੇਪਰ ਦੇ ਪੈਟਰਨ ਤੇ ਹਾਂਜੀ ਪੇਪਰ ਪੈਟਰਨ ਜਿਹੜਾ ਕਿ ਇਹਦੇ ਵਿੱਚੋਂ ਹਾਂਜੀ ਜਿਹੜੇ ਕਿ ਇਹ ਟਰਮ ਪਹਿਲਾਂ ਤੁਹਾਨੂੰ ਜਿਹੜੇ ਕਿ ਤਿੰਨ ਕੁਐਸਚਨਸ ਜਿਹੜੇ ਹੋਣਗੇ ਜਿਨ੍ਹਾਂ ਦੇ ਵਿੱਚੋਂ ਯੂ ਕਰਨਾ ਤਾਂ ਜਿਨ੍ਹਾਂ ਦੇ ਵਿੱਚੋਂ ਯੂ ਕੈਨ ਅਟੈਂਪਟ ਐਨੀ 2 3 2 ਕਰਨੇ ਹੋਣਗੇ ਇਹ 7.5 ਠੀਕ ਹੈ 7.5 7.5 ਦਾ ਆਊਗਾ ਭਾਵੇਂ ਕੀ ਆਪਾਂ ਕਹਿ ਸਕਦਾ ਸਾਢੇ 7 ਅੰਕਾਂ ਸਾਢੇ 7 ਅੰਕਾਂ ਦਾ ਆਊਗਾ ਠੀਕ ਹੈ 7.5 ਤੇ 7.5 15 ਟੋਟਲ ਹੋਗਾ ਦਨ ਉਸ ਤੋਂ ਬਾਅਦ ਫਿਰ ਤੁਹਾਨੂੰ ਐਸੇ ਟਾਈਪ ਕੁਐਸਚਨ ਆਉਣਗੇ ਜਿਹਦੇ ਵਿੱਚ ਚੁਆਇਸ ਹੋਊਗੀ ਠੀਕ ਹੈ ਥ੍ਰੈਟਿਕਲ ਕਨਸੈਪਟ ਇਹਦੇ ਵਿੱਚੋਂ ਪੁੱਛੇ ਜਾਣਗੇ ਤਾਂ ਇਹ 15 ਮਾਰਕਸ ਦਾ ਹੋਗਾ ਫਿਰ ਦਨ ਯੂਨਿਟ 2 ਦੇ ਵਿੱਚ ਤੁਹਾਨੂੰ ਜਿਹੜੇ ਕੀ ਟਰਮਸ ਹੋਣਗੀਆਂ ਠੀਕ ਹੈ ਆਊਟ ਆਫ 5 ਲਿਟਰੇ ਟਰਮਸ 5 ਹੋਣਗੇ 5 ਦੇ ਵਿੱਚੋਂ ਯੂ ਕੈਨ ਅਟੈਂਪਟ ਐਨੀ 3 ਠੀਕ ਹੈ ਆਊਟ ਆਫ 5 5 ਹੋਣਗੇ ਤੁਹਾਨੂੰ ਲਿਟਰੇਰੀ ਟਰਮ ਟਰਮ ਦੇ ਵਿੱਚੋਂ ਤੁਸੀਂ ਕੋਈ ਤਿੰਨ ਵਾਰੀ ਕਰ ਲਿਖਣਾ ਹੋਊਗਾ ਤੇ ਹਰ ਤੁਹਾਡੀ ਟਰਮ ਜਿਹੜੀ ਤੁਸੀਂ ਲਿਖੋਗੇ ਉਹ 5 ਮਾਰਕਸ ਦੀ ਹੋਊਗੀ ਤਾਂ ਇੱਥੇ ਤੁਹਾਡੇ 15 ਮਾਰਕਸ ਹੋਗੇ ਟਰਮਸ ਨੂੰ ਡਿਫਾਈਨ ਕਰਨ ਦੇ ਥੈਨ ਉਸ ਤੋਂ ਬਾਅਦ ਜਿਹੜਾ ਅਗਲਾ ਕੁਐਸਚਨ ਹੋਊਗਾ ਟੂ ਪਾਰਟਸ ਦੇ ਵਿੱਚ ਡਿਵਾਈਡ ਹੋਊਗਾ ਠੀਕ ਹੈ ਡਿਫਾਈਨਿੰਗ ਐਂਡ ਲਿਸਟਿੰਗ ਆਫ ਲੈਂਗੁਏਜ ਆਈਟਮਸ 7 ਮਾਰਕਸ ਦਾ ਹੋਊਗਾ ਦੈਨ ਉਸ ਤੋਂ ਬਾਅਦ ਜਿਹੜਾ ਅਗਲਾ ਕੁਐਸਚਨ ਹੋਊਗਾ ਠੀਕ ਹੈ ਸਿੰਪਲ ਵਰਡਸ ਵਾਲਾ ਆਈਪੀਏ ਸਿੰਬल्स ਠੀਕ ਹੈ ਇਹ 8 ਮਾਰਕਸ ਦਾ ਹੋਊਗਾ ਦੈਨ ਜਿਹੜਾ ਤੁਹਾਡਾ ਹੈਗਾ ਥਰਡ ਪਾਰਟ ਹਾਂਜੀ ਸ਼ਾਰਟ ਕੁਐਸਚਨ ਵਾਲਾ ਸ਼ਾਰਟ ਕੁਐਸਚਨਸ ਜੋ ਸਟੂਡੈਂਟਸ ਤੁਹਾਨੂੰ ਆਉਣਗੇ 15 ਇਹ ਅਲੱਗ-ਅਲੱਗ ਜਿਹੜੇ ਕਿਵੇਂ-ਕਿਵੇਂ ਕੁਐਸਚਨਸ ਡਿਵਾਈਡ ਹੋਏ ਹੋਏ ਨੂੰ ਮਾਰਕਸ ਦੇ 40 ਮਾਰਕਸ ਦੇ ਹੋਣਗੇ ਤਾਂ ਇਹ 15 ਕੁਐਸਚਨ ਕਿਵੇਂ 40 ਮਾਰਕਸ ਦੇ ਹੋਣਗੇ ਮੈਂ ਤਾਂ ਹੁਣ ਦੱਸਦੀ ਹਾਂ ਹਾਂਜੀ ਜਿਹੜੇ ਕਿ 5 ਕੁਐਸਚਨਸ ਆਉਣਗੇ ਤੁਹਾਨੂੰ ਫ੍ਰੋਮ ਲੈਂਗੁਏਜ ਆਈਟਮਸ ਦੇ ਵਿੱਚੋਂ ਠੀਕ ਹੈ ਆ ਟ੍ਰਾਂਸਕ੍ਰਿਪਸ਼ਨਸ ਐਂਡ ਮਿਨਿਅਲ ਪੇਅਰਸ ਦੇ ਵਿੱਚੋਂ ਜਿਹੜੇ ਇਹ ਕੁਐਸਚਨ ਆਉਣਗੇ ਇਹ 5 ਕੁਐਸਚਨ ਆਉਣਗੇ ਉਹ 2 2 ਮਾਰਕਸ ਦੇ ਹੋਣਗੇ ਠੀਕ ਹੈ ਇਥੋਂ 10 ਮਾਰਕਸ ਹੋਗੇ ਦੈਨ ਉਸ ਤੋਂ ਬਾਅਦ ਜਿਹੜੇ ਕਿ ਤੁਹਾਨੂੰ ਟਰਮਸ ਡਿਫਾਈਨ ਕਰਨੀ ਆਉਣਗੀਆਂ ਟਰਮਸ ਡਿਫਾਈਨ ਕਰਨੀ ਆਉਣਗੀਆਂ ਉਹ ਤੁਹਾਨੂੰ ਜਿਹੜੇ ਕਿ ਆਉਣਗੀਆਂ 5 ਤੇ ਉਹ ਆਉਣਗੀਆਂ 3 3 ਮਾਰਕਸ ਦੀ ਠੀਕ ਹੈ ਟਰਮਸ ਜਿਹੜੇ ਡਿਫਾਈਨ ਕਰਨਾ ਆਉਣਗੇ ਉਹ 5 ਆਉਣਗੇ ਤੇ 3 3 ਮਾਰਕਸ ਦੇ ਹੋਣਗੇ ਫਿਰ ਤੁਹਾਨੂੰ ਅੱਗੇ ਜਿਹੜੇ ਕਿ ਅ ਜਿਹੜੇ ਕਿ ਟੈਕਸਟ ਦੇ ਵਿੱਚੋਂ ਅ ਸਿਲੈਕਸ਼ਨ ਆਫ ਇੰਗਲਿਸ਼ ਪ੍ਰੋਜ਼ ਦੇ ਵਿੱਚੋਂ ਇਹਦੇ ਵਿੱਚੋਂ ਕੁਐਸਚਨ ਆਉਣਗੇ ਜਿਹੜੇ ਕਿ ਤੁਹਾਨੂੰ 5 ਉਹ ਵੀ ਤੁਹਾਨੂੰ 3 3 ਮਾਰਕਸ ਦੇ ਹੋਣਗੇ ਠੀਕ ਹੈ ਮਤਲਬ ਕਿ ਟਰਮਸ ਡਿਫਾਈਨ ਕਰਨੇ ਤੇ ਜਿਹੜੇ ਕਿ ਆ ਸਿਲੈਕਸ਼ਨ ਆਫ ਇੰਗਲਿਸ਼ ਪ੍ਰੋਜ਼ ਦੇ ਵਿੱਚ ਜਿਹੜੇ ਕਿ ਤੁਹਾਨੂੰ ਸ਼ਾਰਟ ਕੁਐਸਚਨ ਆਉਣਗੇ ਉਹ 3 3 ਮਾਰਕਸ ਦੇ ਆਉਣਗੇ ਤੇ ਜਿਹੜੇ ਫਰਸਟ ਪਾਰਟ ਦੇ ਵਿੱਚੋਂ ਕੁਐਸਚਨ ਆਉਣਗੇ ਉਹ ਤੁਹਾਨੂੰ ਨੂੰ ਜਿਹੜੇ ਕਿ 2 2 ਮਾਰਕਸ ਦੇ ਹੋਣਗੇ ਤੇ ਇਸ ਤਰ੍ਹਾਂ ਤੁਹਾਡੇ ਜਿਹੜੇ ਕਿ ਕੁਐਸਚਨ ਦੇ ਸ਼ਾਰਟ ਕੁਐਸਚਨ 15 ਦੇ ਕਿੰਨੇ ਅੰਕ ਬਣਗੇ 40 ਮਾਰਕਸ ਬਣਗੇ ਠੀਕ ਹੈ ਸੋ ਏਸੀ ਤੁਹਾਡਾ ਪੇਪਰ ਦਾ ਪੈਟਰਨ ਸਟਰਕਚਰ ਇੰਗਲਿਸ਼ ਲਿਟਰੇਚਰ ਇਲੈਕਟਿਵ ਦਾ ਠੀਕ ਹੈ ਇੰਗਲਿਸ਼ ਲਿਟਰੇਚਰ ਹੁਣ ਆਪਾਂ ਤੁਹਾਡੇ ਨਾਲ ਜਿਹੜੇ ਕਿ ਨੈਕਸਟ ਵੀਡੀਓ ਦੇ ਵਿੱਚ ਪ੍ਰੀਵੀਅਸ ইয়ার ਕੁਐਸਚਨ ਪੇਪਰ ਲੈ ਕੇ ਆਵਾਂਗੇ ਥੈਂਕਸ